ਵਾਲਾਕਮ ਦੋਸਤੋ, ਕੀ ਹਾਲ ਚਾਲ ਨੇ? ਤੁਹਾਡਾ ਮੇਜ਼ਬਾਨ ਰਿਆਜ਼ ਅਹਿਮਦ, ਤੁਸੀਂ ਵੇਖ ਰਹੇ ਹੋ ਸੋਹਣਾ ਪੰਜਾਬ ਟੀਵੀ। ਤੁਹਾਡੇ ਵਾਸਤੇ ਅੱਛੇ ਤੇ ਅਨਮੋਲ ਤੋਹਫੇ ਲੈ ਕੇ ਆਉਂਦਾ। ਸਭ ਤੋਂ ਪਹਿਲੇ ਆਪਣੇ ਚੈਨਲ ਨੂੰ ਕਰੋ ਸਬਸਕ੍ਰਾਈਬ, ਬੈਲ ਆਈਕਨ ਦਾ ਬਟਨ ਦਬਾਓ, ਹਰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਬਆਸਾਨੀ ਪਹੁੰਚਦਾ ਰਹੇ। ਝੋਟੀਆਂ ਬੜੀਆਂ ਬੜੀਆਂ ਚੜ੍ਹਾਉਣੇ ਅਸੀਂ ਇਨਸ਼ਾਅੱਲਾ। ਇਹ ਝੋਟੀ ਘਿਓ ਨਹੀਂ ਦੀ ਵਿਆਹੀ, ਮਾਸ਼ਾਅੱਲਾ ਦੈਣਾ ਦੇਣਾ ਕੱਦਣਾ ਦਾ, ਚਿੱਟੀਆਂ ਅੱਖਾਂ ਨੇ ਮਾਸ਼ਾਅੱਲਾ। ਇੱਕ ਗੱਡੀ ਦੀ ਝੋਟੀ ਹੈ, ਥੱਬਿਆਂ ਦੇ ਬਹਾਨੇ ਲਾਈ ਖੜੀ ਝੋਟੀ ਮਾਸ਼ਾਅੱਲਾ। ਇਹ ਭਾਈ ਤੋਂ ਪੁੱਛਣਾ ਦੇ ਕੀ ਹਿਸਾਬ ਕਿਤਾਬ ਹੈ। ਝੋਟੀ ਮਾਸ਼ਾਅੱਲਾ ਬੜੀ ਖੂਬਸੂਰਤ ਹੈ, ਪਿਓਰ ਨੀਰੀ ਦਾ ਬ੍ਰਾਂਡ ਹੈ ਮਾਸ਼ਾਅੱਲਾ। ਲੈਣਾ ਦੇਣਾ ਕਦਰਾਂ ਦਾ, ਖੁੱਡਾ ਚੰਗਾ ਮਾਜਦਾ, ਪੁੱਠਾ ਚੰਗਾ ਮਾਸ਼ਾਅੱਲਾ। ਥੱਬਿਆਂ ਦੇ ਬਹਾਨੇ ਲਾਈ ਖੜੀ ਹੈ। ਥਾਣ ਮਾਸ਼ਾਅੱਲਾ ਬੜਾ ਪਿਆਰਾ ਹੈ, ਮੁੱਠ ਮੁੱਠ ਦਾ ਥਾਣ ਹੈ, ਲਾਟੂਆ ਥਾਣ ਹੈ ਮਾਸ਼ਾਅੱਲਾ। ਥੱਬਿਆਂ ਦੇ ਬਹਾਨੇ ਲਾਈ ਖੜੀ ਝੋਟੀ ਅਤੇ ਪੁੱਠਾ ਚੰਗਾ ਝੋਟੀ ਦਾ ਮਾਸ਼ਾਅੱਲਾ। ਇੱਕ ਗੱਡੀ ਦੀ ਝੋਟੀ ਹੈ, ਹੱਡੀਆਂ ਮਾਸ਼ਾਅੱਲਾ ਕੱਦ ਬੜਾ ਝੋਟੀ ਦਾ ਮਾਸ਼ਾਅੱਲਾ, ਚੰਗਾ ਪੁੱਠਾ ਚੰਗਾ ਮਾਸ਼ਾਅੱਲਾ। ਤਸਲੀਆਂ ਦੀਆਂ ਕਰਾਓ, ਕੈਮਰਾਮੈਨ ਸਾਹਿਬ ਕਿਸੇ ਕਿਸਮ ਦਾ ਸ਼ੱਕ ਨਾ ਰਹੇ ਮਾਸ਼ਾਅੱਲਾ। ਸਿੱਧੀ ਗੱਲ ਕਹਿ, ਸਿੱਧੀਆਂ ਅੱਖਾਂ ਨੇ, ਸੀਰ ਸਾਊ ਝੋਟੀ ਮਾਸ਼ਾਅੱਲਾ, ਧੁੰਨੀ ਪੌੜੀ ਤੋਂ ਸਾਫ਼ ਹੈ। ਇਹ ਭਾਈ ਤੋਂ ਪੁੱਛਣਾਗੇ ਸੂਈ ਹੈ ਜਾਂ ਸੋਣ ਵਾਲੀ ਹੈ, ਜੋ ਵੀ ਮਾਮਲਾਤ ਨੇ ਸਾਰੇ ਮਾਸ਼ਾਅੱਲਾ ਸੀਰ ਸਾਊ ਝੋਟੀ ਹੈ। ਤਸਲੀਆਂ ਦੀਆਂ ਕਰਾਓ, ਕੈਮਰਾਮੈਨ ਸਾਹਿਬ, ਥਾਣ ਬੜਾ ਪਿਆਰਾ ਮਾਸ਼ਾਅੱਲਾ ਲੱਗਿਆ ਮਾਸ਼ਾਅੱਲਾ। ਪਹਿਲਾਂ ਝੋਟੀ ਹੋ ਕੇ ਥੱਬਿਆਂ ਦੇ ਬਹਾਨੇ ਲਾਈ ਖੜੀ ਹੈ, ਬੜਾ ਪੁੱਠਾ ਬੜਾ ਚੌੜਾ ਮਾਸ਼ਾਅੱਲਾ, ਬਰੀਕ ਬੜੀ ਹੈ, ਬਿਲਕੁਲ ਜਿਵੇਂ ਕਾਗਜ਼ ਹੁੰਦਾ ਹੈ। ਤਸੱਲੀਆਂ ਕਰੋ ਕੈਮਰਾਮੈਨ ਸਾਹਿਬ, ਅਤੇ ਭਾਈ ਤੋਂ ਪੁੱਛਣਾਗੇ ਸਾ ਕੀ ਹਿਸਾਬ ਕਿਤਾਬ ਹੈ। ਸਲਾਮ ਵਾਲਕਮ ਭਾਈ ਜੀ। ਵਾਲੇਕੁਮ ਸਲਾਮ। ਇਹ ਝੋਟੀ ਭਾਅ ਜਿਹੜੀ ਆਪਣੀ ਘਰ ਦੀ ਹੈ? ਹਾਂਜੀ, ਘਰ ਦੀ। ਇਹ ਕਿੰਨੇ ਕੁ ਦਿਨ ਲੈਂਦੀ ਸਵਾਉਣ ਦੇ? ਇਹ 7 ਤੋਂ 8 ਦਿਨ ਕੱਢਦੀ। ਅਸੀਂ ਤੋਂ 7 ਤੋਂ 8 ਦਿਨ ਕੱਢਦੀ ਹੈ। ਇਹ ਪਿਓਰ ਨੀਲੀ ਦੀ ਹੈ? ਹਾਂਜੀ, ਖਾਸ ਤਾਂ ਨਿਗੇ ਨੇ ਦੀ ਬਰਿਆਜ਼ ਆਈ ਪਸ਼ਮ ਜੋਟੀ ਤੇ ਨਾ ਦੁੰਨੀ ਕੋੜੀ ਅੱਖ ਮੂੰਹ ਇਹ ਅੰਦੇ ਸੂਏ ਕੁਛ ਹੋਰ ਮੈਂ ਬਣ ਸੀ ਅੱਲਾ ਦੇ ਹੁਕਮ ਨਾਲ। ਪੱਕੀ ਗੱਲ ਹੈ? ਸੂਏ 10 ਲੱਖ ਦੀ ਮਾਂ ਹੈ। ਅੱਛਾ, 10 ਲੱਖ ਮਜ਼ਬੂਰੀ ਤੌਰ ਵੇਚਦੇ ਪਏ? ਅੱਛਾ, ਮਜ਼ਬੂਰੀ ਤੌਰ ਵੇਚਦੇ ਪਏ ਜੇ। ਮਾਜ ਮਾਸ਼ਾਅੱਲਾ ਬੜੀ ਖੂਬਸੂਰਤ ਹੈ, ਅਤੇ ਲੈਣਾ ਦੇਣਾ ਮੁਕਦਰਾਂ ਦਾ, ਤਸੱਲੀਆਂ ਲਾਜ਼ਮੀ ਕਰਾਉਣੀ ਕੈਮਰਾਮੈਨ ਸਾਹਿਬ। ਅਤੇ ਮੇਰਾ ਵੀਰ ਮੂੰਹ 'ਚ ਕਿਵੇਂ? ਮੂੰਹ 'ਚ ਛਿੱਗੀ ਹੋਏਗਾ। ਅੱਛਾ, ਠੀਕ ਹੋ ਗਿਆ। ਅਤੇ ਮਾਸ਼ਾਅੱਲਾ ਥੱਬਿਆਂ ਨਿਭਾਨੇ ਲਾਈ ਖੜੀ, ਇੱਕ ਗੱਡੀ ਝੋਟੀ ਹੈ, ਕੱਦ ਬੜੇ ਨੇ ਮਾਸ਼ਾਅੱਲਾ, ਨਸਲ ਜ਼ਾਤ ਵਾਲੀ ਝੋਟੀ ਹੈ, ਖੁਦ ਤੁਸੀਂ ਪਛਾਣ ਕਰਨੀ ਹੈ ਮਾਸ਼ਾਅੱਲਾ। ਖੁੱਡਾ ਚੰਗਾ, ਪੁੱਠਾ ਚੰਗਾ ਮਾਜਦਾ, ਇੱਕ ਗੱਡੀ ਦੀ ਆਗਾ ਬਾਈ ਰਿਆਦ ਕਿੱਥੇ ਪਈ ਆ ਮਾਸ਼ਾਅੱਲਾ। ਪਿਓ ਨੀਲੀ ਦਾ ਜਾਨਵਰ ਹੈ, ਗਰੰਟੀ ਹੁੰਦੀ। ਹਾਂਜੀ, ਹਣ ਚੱਡੇ ਦੀ ਆਪਣੀ ਗਰੰਟੀ ਹੁੰਦੀ, ਫੁਹਾਰਾ ਛੱਟਾ ਬਾਈ। ਇਹ ਬੰਦ ਮੋਠੇ ਪਹਿਲੇ ਮਾਂ ਕੁਦਰਤ ਵਾਲੇ ਦੇ ਵਾਸਤੇ ਸਾਰਾ ਕੁਛ ਵਿੱਚੇ ਹੀ ਨਹੀਂ ਤੇ ਥਣ ਵਗਦੇ ਦੇਗਾ। ਹਾਂ, ਥਣ ਵਗਦੇ ਦਿਸਾਂ, ਬਿਲਕੁਲ ਫਾਲਟ ਨਹੀਂ ਹੋਏ। ਹਾਂਜੀ, ਠੀਕ ਹੈ। ਸੂਈ ਜਾਵੇ ਤਾਂ ਵੀ ਕੋਈ ਟੈਨਸ਼ਨ? ਹਾਂਜੀ, ਸੂਈ ਲੈ ਜਾਵੇ ਤਾਂ ਟੈਨਸ਼ਨ ਨੇ, ਨਹੀਂ ਤਾਂ ਆਪਾਂ ਇੱਥੇ ਨਾ ਜਿੱਥੇ ਇਹਨੇ ਗੱਬਣ ਆਪਣੀ ਮਾਂ ਵਿਕ ਜਾ। ਅੱਛਾ, ਆਪਾਂ ਦਾਰਦਾਰ ਮਾਂ ਦੇ ਚਵਾਂ ਥਣਾ ਚ ਬਦਲੇ ਸਾਂ। ਠੀਕ ਹੋ ਗਿਆ। ਹਾਂਜੀ, ਤੇ ਇਹ ਜਿਹੜੀ ਮੱਝ ਆਪਣੀ ਪਿਓਰ ਨੀਲੀ ਦੀ ਹੈ ਨਾ? ਹਾਂਜੀ, ਪਿਓਰ ਨੀਲੀ ਦੀ ਆਈ ਵੇਖੀ ਨਾ, ਅਸੀਂ ਸਾਰਾ ਵਲੇਟ ਤੇ ਬਾਈਰਿਆਦ ਬੋਝੇ ਪਾ ਲਿਆ। ਠੀਕ ਹੋ ਗਿਆ ਜੀ। ਤੇ ਨਸਲੀ ਮੈਂ ਜੀ, ਇਹ ਮਾਂ ਦਾ ਕੀ ਰਿਕਾਰਡ, ਕੀ ਦੁੱਧ ਦੁੱਧ ਕਿੰਨਾ ਦਿੰਦੀ ਜੀ? ਬਾਈ ਰਿਆਜ਼ ਨਾ ਜਿਹੜੀ ਇਹਦੀ ਮਾਂ ਹੈ, ਅਸ 16 ਸੇਰ ਇਹਨੇ ਪੱਠਿਆਂ 'ਤੇ ਚੋਈ ਰੱਖਾ, ਬੱਚੇ ਨੂੰ ਛੱਡ ਤੇ ਦੋਵਾਂ ਟਾਈਮਾਂ ਪੱਠਿਆਂ 'ਚ ਆਉਂਦੇ। ਹਾਂਜੀ, ਅਸਾਂ ਇੱਕ ਸੂਏ ਦੀ, ਇਹ ਪਹਿਲੇ ਸੂਏ ਦੀ, ਦੂਸਰੇ ਸੂਏ ਅਸਾਂ ਬਾਈ ਰਿਆਜ਼ ਉਹ ਗੱਬਾ ਨਹੀਂ ਦੇ ਲਈ, ਵੇਚ ਲਈ। ਹਾਂਜੀ, ਇਹ ਮੈਂ ਜਿਹੜੀ ਨਸਲ ਆਦਾ ਇਹ ਝੋਟੀ, ਕਿਹੜਾ ਬੰਦਾ ਲੈ ਜਾਵੇ, ਲਾਮਾ ਤੈਨੂੰ ਦਿੰਦਾ? ਬਾਈ ਰਿਆਜ਼ ਤਾਂ ਇਹਨੀ ਝੋਟੀ ਨਹੀਂ ਗਈ ਆਉਂਦੀ ਭਾਈ, ਇਹ ਐਂ ਵੇਖੀ ਨਾ, ਐਂ ਝੋਟੀ ਨੂੰ ਥੋੜ੍ਹਾ ਜਿਹਾ ਹੱਥ ਲੈਣਾ, ਸਾਰੀ ਚਮੜੀ ਹਲਦੀ ਛਕੀਂਦੀ ਹੈ ਮਾਸ਼ਾਅੱਲਾ। ਹੱਥ ਰੱਖੀ ਤਾਂ ਇੱਦਾਂ ਹੀ ਤਾਂ 4-4 ਉਂਗਲ ਹੇਠਾਂ ਝੋਟੀ ਹੱਥ ਲੈ ਜਾਂਦੀ। ਠੀਕ ਹੋ ਗਿਆ, ਤੇ ਇਹ ਨਸਲ ਆਦਾ ਵਾਲੀ ਝੋਟੀ ਹੈ? ਹਾਂਜੀ। ਅੱਛਾ ਮਾਸ਼ਾਅੱਲਾ, ਇਹਦੀ ਲੰਬਾਈ ਕਿੰਨੀ ਕੁ ਹੋਵੇਗੀ ਅੰਦਾਜ਼ਨ? ਲੰਬਾਈ ਜਿਹੜੀ ਇਹ ਅਸੀਂ ਲੰਬਾਈ ਤਾਂ 7 ਫੁੱਟ ਤੇ ਮਾਂ ਦੀ, 7.5 ਅਸੀਂ ਵੇਖ ਆਈ ਥੁਰਾਕ ਤਾਂ ਕਿੰਨੀ ਮਾਂ ਹੈ ਮਾਸ਼ਾਅੱਲਾ ਲੰਮੀ। ਹਾਂਜੀ ਮਾਸ਼ਾਅੱਲਾ, ਲੰਮੀ ਇੱਕ ਹੱਡੀ ਦੀ ਹੈ, ਇੱਕ ਹੱਡੀ ਦੀ ਮਾਂ, ਹਰ ਪਾਸੋਂ ਪੂਰੀ 2 ਫੁੱਟ ਤਾਂ ਮਾਂ ਦੀ, 3 ਫੁੱਟ ਕੰਨੀ। ਠੀਕ ਹੋ ਗਿਆ, ਤਾਂ ਮੈਨੂੰ ਹੁੰਦਾ ਸਿਰਫ ਪਿਆਰ ਮੁਹੱਬਤਾਂ ਮੁੱਲ ਪੱਕੀਆਂ ਗੱਲਾਂ ਕਰੀ ਮੇਰੇ ਨਾਲ, ਜਿੱਥੇ ਆਪਾਂ ਧੁੰਨੀ ਪੌੜੀ ਤੋਂ ਸਾਫ਼ ਹੈ ਮਾਸ਼ਾਅੱਲਾ, ਅਤੇ ਪੈ ਰਹੇ ਨੇ ਮੋਟੇ ਨੇ ਅਗਲੇ। ਬਿਲਕੁਲ, ਆ ਵੇਖੀ ਨਾ, ਸਾਡੀਆਂ ਜਿਹੜੀਆਂ ਨਾ ਦਰਿਆ ਦੀਆਂ ਮੈਂ ਨਹੁੰ ਨੇ ਵਧੇ ਦੀਆਂ। ਅੱਛਾ, ਅਸੀਂ ਵੇਖ ਘੋੜੇ ਦੇ ਸੰਭਾਰੀ ਮਾਂ ਦੇ ਨਹੁੰ ਹੈ। ਅੱਛਾ, ਘੋੜੇ ਸੰਭਾਰਨਗੇ? ਹਾਂਜੀ ਜੀ, ਠੀਕ ਹੋ ਗਿਆ, ਠੀਕ ਹੋ। ਅੱਜ ਸਾਹਿਬ ਜੀ, ਮੈਨੂੰ ਇਹ ਦੱਸੋ ਹੁਣ, ਆਪਣੀ ਗੱਲਾਂ ਸਾਰੀਆਂ ਹੋ ਗਈਆਂ ਨੇ, ਤੇ ਮੁੱਲ ਦਾ ਪਿਆਰ ਮੈਂ ਬਤਾ ਪੱਕਾ ਜੀ ਕਰੀ, ਜਿੱਥੇ ਆਪਾਂ ਇਸਤਰੀਫਾ ਕਰ ਕਰ ਥੱਕ ਗਏ ਆ। ਹਾਂਜੀ ਹਾਂਜੀ, ਹੁਣ ਮੁੱਲ ਪਸੰਦ ਆਉਣਾ ਹੈ। ਬਿਲਕੁਲ, ਬਾਈ ਰਿਆਜ਼ ਤੇ ਬਕਾਇਆ ਡੋਰ ਹੀ ਮਲੂਮ ਹੋ ਜਾਂਦਾ। ਠੀਕ ਹੋ ਗਿਆ, ਮੈਨੂੰ ਹੁੰਦਾ ਸੀ ਮੁੱਲ ਦਾ ਪਿਆਰ ਮੁਹੱਬਤ ਪੱਕਾ ਜਾ, ਸੱਜਣਾ ਤੇ ਬੇਲੀਆਂ ਵਾਲਾ। ਠੀਕ ਹੈ ਬਾਈ ਰਿਆਜ਼, ਮੁੱਲ ਕਰੇ ਸੀ ਕਿ ਜਿੱਤੇ ਦੀ ਆਪਾਂ ਦੇਣੀ ਵੇਚਣੀ, ਜਿੰਨੇ ਦੀ ਆਪਾਂ ਦੇਣੀ ਹੈ। ਇਹ ਇੱਥੇ ਵੀ ਤੋਂ ਆਖਾ ਬਾਈ ਨਾ, ਜੋਟੀ ਮੈਨੂੰ ਵੀਡੀਓ ਪਵਾ, ਮੈਂ ਤੈਨੂੰ ਤਾਂ ਇੱਥੇ ਘਰੇ ਹੀ ਜੋਟੀ ਦਾ ਐਵੇਂ ਹਾਂ ਨਾ ਚ ਮੁੱਲ ਖੜਾ, ਇਹਦੀਆਂ 6-7 ਪਾਲਟੀਆਂ ਹਰ ਦਿਹਾੜੀ ਮੈਂ ਤਾਂ ਮੁੱਲ ਲੱਗਦਾ ਖੜਾ, ਮੰਗਿੰਦੀ ਪਈ ਹੈ, ਚੰਗੀ ਉਹ ਤਾਂ ਮੰਗਿੰਦੀ ਪਈ ਜਿਵੇਂ ਚੰਗੀਆਂ ਆਉਂਦੀਆਂ। ਠੀਕ ਹੋ ਗਿਆ, ਅਤੇ ਮੈਨੂੰ ਇਹ ਦੱਸੋ ਮੇਰਾ ਵੀਰ, ਮੁੱਲ ਪੱਕਾ ਦੱਸ ਜਿੱਥੇ ਆਪਾਂ ਵੇਚ ਲਈਏ? ਠੀਕ ਹੈ,
ਤੇ ਪੱਕੀ ਜੀ ਮੈਨੂੰ ਗੱਲ ਦੱਸ ਦਿਓ, ਝੋਟੀ ਨਸਲ ਉਹ ਚੰਗੀ ਹੈ ਜਿਹੜਾ ਖੁਦ ਬੰਦਾ ਸ਼ਿਕਾਰੀ ਵੇਖਿਆ ਨਾ ਉਹਨੇ ਝੋਟੀ ਨੱਪ ਲੈਣੀ, ਨਸਲ ਦਾਤ ਵਾਲੀ ਝੋਟੀ ਹੈਗੀ ਵਾਕਈ ਬਿਲਕੁਲ ਹੈਗੀ ਹੈ, ਕੋਈ ਬੰਦਾ ਨਿੰਦ ਨਹੀਂ ਸਕਦਾ। ਹੁਣ ਮੈਨੂੰ ਦੱਸ ਮੁੱਲੇ ਦਾ ਪਿਆਰ ਬਦਲ ਦਾ ਬਾਈ ਰਿਆਜ਼ ਨਾ 4,20,000 ਰੁਪਏ। ਅੱਛਾ 4,20,000 ਰੁਪਈਆ ਦੇ ਵਿੱਚ ਪਿਆਰ ਮੁਹੱਬਤ ਕਿੰਨਾ ਕਰੇਗਾ? 4,20,000 ਰੁਪਏ ਜ਼ਿਆਦਾ ਹੈ ਮੇਰਾ ਵੀਰ, ਕੋਈ ਪੱਕੀ ਮੈਨੂੰ ਗੱਲ ਦੱਸ ਦੇ ਜਿੱਥੇ 10,000 ਆਪਾਂ ਪਿਆਰ ਮੁਹੱਬਤ ਕਰਦਾ ਹਾਂ ਵਿਆਹਾਂ ਦੀ ਇੱਜ਼ਤ। 4,20,000 ਬਹੁਤ ਭਾਣਾ ਹੁੰਦਾ ਵੱਟਾ ਪੱਕੀ। ਆਪਣੀ ਮਾਂ ਹੀ ਬਾਈ ਰਿਆਜ਼ ਚੋਖੀ ਚੰਗੀ ਹੈ, ਇਹ ਕੋਈ ਸ਼ੱਕ ਨਹੀਂ। ਜਿਵੇਂ ਆਪਣੀ ਮਾਂ ਵੱਕੀ ਆਉਂਦੀ ਹੈ ਜਾਂ 7-8 ਦੇ ਲੈਂਦੀ ਹੈ, ਆਪਣੀ ਮਾਂ ਹੀ ਕੋਈ ਸ਼ੱਕ ਨਹੀਂ। 6,00,000 ਦੀ ਅੱਲਾਹ ਦੇ ਹੁਕਮ ਨਾਲ ਕੋਈ ਗਾਹਕ ਆ ਜਾਵੇ ਅਤੇ ਜਿਹੜਾ ਮੈਂ ਇਹਨੂੰ ਜਾਣਦਾ ਖੁੱਲ੍ਹੇ ਚੱਡੇ। ਹਾਂਜੀ ਖੁੱਲ੍ਹੇ ਚੱਡੇ, ਠੀਕ ਹੋ ਗਿਆ। ਤੁਹਾਨੂੰ ਪੱਕਾ ਮੁੱਲ ਮੈਨੂੰ ਦੱਸ ਦੇਵੇ, ਆਪਾਂ ਇਸ ਤੋਂ ਘੱਟ ਨਹੀਂ ਦੇਣੀ। ਪੱਕੀ ਗੱਲ ਦੱਸ, ਪੱਕੀ ਪੱਕੀ ਲੋਹੇ ਦੇ ਬਾਈ ਰਿਆਜ਼ ਨਾ 4,00,000 ਦੀ ਆਪਾਂ ਫਾਈਨਲ ਮੈਂ ਦਿੱਤਾ। 4,00,000 ਦੀ ਮੈਂ ਦੇਗਾ? ਹਾਂਜੀ। ਅਤੇ ਵਿੱਚ ਪਿਆਰ ਮੁਹੱਬਤ ਪਿਆਰ ਮੁਹੱਬਤ ਸਾਰਾ ਕੁਛ ਕਰ ਤੇ। ਨਹੀਂ ਸੱਜਣ ਬੇਲੀ ਕੋਈ ਮੰਗ ਹੀ ਲੈਂਦਾ ਯਾਰ, ਕੋਈ ਗਲਤੀ ਕਰ ਹੀ ਲੈਂਦਾ ਫੋਨ 'ਤੇ ਵੀ ਮੈਂ ਲੈ ਦਿਓ, ਕੋਈ ਗਲਤੀ ਕਰ ਹੀ ਲੈਂਦਾ। ਤਰਫਾਂ ਠੀਕ ਹੋ ਗਿਆ। 4,00,000 ਵਿੱਚੋਂ ਪਿਆਰ ਮੁਹੱਬਤ ਇਨਸ਼ਾਲਾ ਫੁੱਲ ਫੁੱਲ ਹੋਵੇਗਾ ਅਤੇ ਮੈਂ ਮਾੜੇ ਉਹਨਾਂ ਤੋੜ ਦੇ ਲੈਣਾ ਦੇਣਾ ਕਦਰਾਂ ਦਾ। ਨਸਲ ਦਾਤ ਵਾਲੀ ਝੋਟੀ ਹੈ, ਖੁਦ ਹੀ ਤੁਸੀਂ ਪਸੰਦ ਕਰਨੀ ਹੈ। ਬੜੀਆਂ ਬੜੀਆਂ ਝੋਟੀਆਂ ਚਾੜੀਆਂ ਨੇ ਮਾਸ਼ਾਅੱਲਾ, ਝੋਟੀ ਬਿਲਕੁਲ ਨਸਲ ਦਾਤ ਵਾਲੀ ਹੈ। ਅੱਲਾ ਪਾ ਕੇ ਨਦਰ ਤੋਂ ਬਚਾਈ ਰੱਖੇ, ਥੱਬਿਆਂ ਦੇ ਬਹਾਨੇ ਲਾਈ ਖੜੀ ਹੈ। ਟੋਰਾਂ ਚੰਗੀਆਂ ਨੇ, ਖੁੱਡਾ ਚੰਗਾ, ਝੋਟੀ ਦਾ ਪੱਠਾ ਚੰਗਾ, ਆਮ ਝੋਟੀਆਂ ਵਾਲੀ ਨਹੀਂ ਹੈਗੀ ਵੀ ਨਸਲ ਝੋਟੀਆਂ ਵਾਲੀ। ਅਸਲ ਮੈਂ ਨੀਲੀ ਦੀ ਮੱਝ ਹੈ ਮਾਸ਼ਾਅੱਲਾ, ਪਿਓ ਨੀਲੀ ਬਾਰ ਦੀ ਹੈ। ਅਤੇ ਨੰਬਰ ਹੁੰਦਾ 0349-1690211, ਵਟਸਐਪ ਨੰਬਰ ਹੈ, ਟੀਮੋ ਨੰਬਰ ਹੈ। ਮਿਲਾਂਗੇ ਅਗਲੀ ਵੀਡੀਓ ਦੇ ਵਿੱਚ, ਅੱਲਾ ਨਿਗੇ ਬਾਨ ਪਾਕਿਸਤਾਨ ਜ਼ਿੰਦਾਬਾਦ।